ਤੁਸੀਂ ਦੇਖ ਰਹੇ ਹੋ ਲਾਈਵ ਭਾਰਤ ਤੇ ਮੈਂ ਹਾਂ ਕਵਲਜੀਤ ਕੰਬੋਜ਼ ਗੱਲ ਕਰਾਂਗੇ ਅੱਜ 136 ਦਿਨਾਂ ਤੋਂ ਬਾਅਦ ਸੁਰਿੰਦਰਪਾਲ ਗੁਰਦਾਸਪੁਰ ਏਟੀਟੀ ਅਧਿਆਪਕ ਨੂੰ ਨੀਚੇ ਉਤਾਰਿਆ ਜਾ ਰਿਹਾ ਤੇ ਉਹਨਾਂ ਦੇ ਨਾਲ ਹੀ ਸੰਘਰਸ਼ ਦੇ ਵਿੱਚ ਉੱਪਰ ਬੈਠਣ ਵਾਲੇ 70 ਦਿਨਾਂ ਤੋਂ ਉੱਪਰ ਲਗਾਉਣ ਵਾਲੇ ਲੇਕਿਨ ਕੁਝ ਘਰੇਲੂ ਦਿੱਕਤਾਂ ਪਰੇਸ਼ਾਨੀਆਂ ਕਾਰਨ ਨੀਚੇ ਉਤਾਰੇ ਗਏ ਸੀ ਇਹਨਾਂ ਨੂੰ ਵੀ ਤੇ ਇਹਨਾਂ ਤੋਂ ਵੀ ਜਾਣਦੇ ਕਿ ਕੀ ਕੁਝ ਕਹਿਣਾ ਕਿ ਅੱਜ ਜੋ ਵੱਡੀ ਜਿੱਤ ਪ੍ਰਾਪਤ ਹੋਈ ਹੈ ਕੁਝ ਪੋਸਟਾਂ ਜਿਹੜੀਆਂ ਸਰਕਾਰ ਵੱਲੋਂ ਇਹਨਾਂ ਵੱਲ ਲਾਗੂ ਕੀਤੀਆਂ ਗਈਆਂ ਨੇ ਇਹਨਾਂ ਦਾ ਕੀ ਕੁਝ ਕਹਿਣਾ ਕਿ ਅੱਜ ਸੁਰਿੰਦਰਪਾਲ ਗੁਰਦਾਸਪੁਰ ਨੂੰ ਵੀ ਨੀਚੇ ਉਤਾਰਿਆ ਗਿਆ ਹੈ ਬਾਈ ਤੁਸੀਂ ਵੀ ਉੱਪਰ ਬੈਠੇ ਸੀ ਸੰਘਰਸ਼ ਕਰ ਰਹੇ ਸੀ ਕਿੰਨੇ ਦਿਨ ਉੱਪਰ ਬੈਠੇ ਸੀਗੇ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਪਰ ਅਸੀਂ ਟਾਵਰ ਦੇ ਉੱਪਰ 70 ਦਿਨ ਬੈਠੇ ਸੀਗੇ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਜੋ ਜਗ੍ਹਾ ਸੀ ਉਹ ਬਹੁਤ ਜ਼ਿਆਦਾ ਘੱਟ ਸੀਗੀ ਅਤੇ ਉਹ ਘੱਟ ਜਗ੍ਹਾ ਹੋਣ ਕਾਰਨ ਉੱਥੇ ਕੰਫਰਟੇਬਲ ਨਹੀਂ ਸੀ ਦੋਨਾਂ ਜਣਾਂ ਦਾ ਅਤੇ ਇਸ ਕਰਕੇ ਕੀ ਸੀਗਾ ਅਸੀਂ ਮੈਨੂੰ ਮਜਬੂਰ ਥੱਲੇ ਆਉਣਾ ਪਿਆ ਸੀ ਕੀ ਨਾਮ ਹੈ ਬਾਈ ਆਪਣਾ ਤੇ ਕਿਹੜੇ ਪਿੰਡ ਤੋਂ ਆਪਾਂ ਮੇਰਾ ਨਾਮ ਹਰਜੀਤ ਸਿੰਘ ਪਿੰਡ ਬਰਨਾਲਾ ਡਿਸਟ੍ਰਿਕਟ ਮਾਨਸਾ ਜੀ ਬਿਲਕੁਲ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰਦੇ ਆ ਰਹੇ ਸੀ ਨੌਕਰੀਆਂ ਪਿੱਛੇ ਆਪਾਂ ਕਈ ਵਾਰ ਲਾਠੀਆਂ ਵੀ ਖਾਧੀਆਂ ਨੇ ਮੁੱਖ ਮੰਤਰੀ ਦੇ ਘਰ ਅੱਗੇ ਲੱਗਦਾ ਨਹੀਂ ਕਿ ਕਾਫੀ ਦੇਰੀ ਹੋਈ ਹੈ ਪੋਸਟਾਂ ਆਉਣ 'ਚ ਦੇਖੋ ਜੀ ਦੇਰੀ ਹੋਈ ਹੈਗੀ ਸਰਕਾਰ ਬਹੁਤ ਜ਼ਿਆਦਾ ਕੀ ਹੈ ਸਰਕਾਰ 4.5 ਸਾਲ ਅਸੀਂ ਪ੍ਰੋਟੈਸਟ ਕਰਿਆ 4.5 ਸਾਲ ਬਾਅਦ ਜੋ ਸਰਕਾਰ ਨੇ ਭਰਤੀ ਦਿੱਤੀ ਹੈਗੀ ਉਹੀ ਜੋ ਅਸੀਂ ਪਿੱਛੇ ਸੁਣਦੇ ਆ ਰਹੇ ਹਾਂ ਕਿ ਸਰਕਾਰਾਂ ਨੇ ਜਿਹੜੀਆਂ ਜਦੋਂ ਜਾਂਦੀਆਂ ਨੇਗੀਆਂ ਉਦੋਂ ਹੀ ਕੰਮ ਕਰਦੀਆਂ ਨੇ ਉਹ ਸੇਮ ਕੰਮ ਆ ਜੋ ਇਹ ਗੌਰਮੈਂਟ ਨੇ ਵੀ ਕਰਿਆ ਹੁਣ ਜਾਂਦੇ ਜਾਂਦੇ ਇਹਨਾਂ ਨੇ ਸਾਨੂੰ ਪੋਸਟਾਂ ਦਿੱਤੀਆਂ ਨੇ ਅਸੀਂ ਸਰਕਾਰ ਨੂੰ ਇਹ ਕਹਿਣਾ ਜੋ ਪੋਸਟਾਂ ਦਿੱਤੀਆਂ ਨੇ ਜੋ ਭਰਤੀਆਂ ਇਹਨਾਂ ਨੇ ਕੱਢੀਆਂ ਨੇ ਉਹਨਾਂ ਨੂੰ ਕੰਪਲੀਟ ਕੀਤੀਆਂ ਜਾਣ ਜੀ ਬਿਲਕੁਲ ਕੁਝ ਕੁ ਮੰਗਾਂ ਸੀਗੀਆਂ ਜਿਹੜੀਆਂ ਕਿ ਉਮਰ ਛੋਟ ਹੱਦ ਦੀ ਸੀਗੀ ਉਹ ਵੀ ਮੰਗ ਹਜੇ ਮੰਨੀ ਨਹੀਂ ਗਈ ਹੈਗੀ ਉਹ ਵੀ ਹਜੇ ਬਾਕੀ ਹੈ ਕੁਝ 3 ਮੰਗਾਂ ਜਿਹੜੀਆਂ ਰਹਿੰਦੀਆਂ ਨੇ ਆਪਣੀਆਂ ਲੱਗਦਾ ਨਹੀਂ ਕਿ ਉਹਨਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਜੋ ਸਾਡੇ ਸਾਥੀ ਓਵਰੇਜ ਹੋ ਗਏ ਨੇ ਉਹਨਾਂ ਨੂੰ ਵਨ ਟਾਈਮ ਆ ਜੋ ਸਰਕਾਰ ਨੂੰ ਉਹਨਾਂ ਨੂੰ ਇੱਕ ਟਾਈਮ ਕੰਸੀਡਰ ਕਰਾਉਣਾ ਚਾਹੀਦਾ ਗਾ ਸਾਡੀ ਇਹੀ ਮੰਗ ਆ ਕਿ ਜੋ ਸਾਡੇ ਸਾਥੀ ਨੇਗੇ ਓਵਰੇਜ ਹੋ ਗਏ ਉਹਨਾਂ ਨੂੰ ਵਨ ਟਾਈਮ ਜਿਹੜਾ ਕੰਸੀਡਰ ਕਰਵਾਇਆ ਜਾਵੇ ਬਿਲਕੁਲ ਇਹ ਸਨ ਹਰਜੀਤ ਸਿੰਘ ਮਾਨਸਾ ਜੋ ਕਿ 70 ਦਿਨਾਂ ਤੋਂ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਦੇ ਨਾਲ ਸੰਘਰਸ਼ ਕਰ ਰਹੇ ਸੀ 200 ਫੁੱਟ ਉੱਚੇ ਟਾਵਰ ਤੇ ਹੁਣ ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਾਈ ਅੱਜ ਕਿਸ ਤਰ੍ਹਾਂ ਦੀ ਜਿੱਤ ਪ੍ਰਾਪਤ ਹੋਈ ਹੈ ਤੇ ਕੀ ਕੁਝ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਅੱਜ ਜਿਹੜਾ ਦੇਖੋ ਜਿੱਤ ਪ੍ਰਾਪਤ ਹੋਈ ਹੈ ਦੇਖੋ ਜਿਹੜਾ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੁਰਿੰਦਰਪਾਲ ਦੇ ਜਿਹੜੇ ਸੰਘਰਸ਼ ਨੂੰ ਦੇਖਦੇ ਹੋਏ ਜਿਹੜੇ ਵੇਖਿਆ ਕਿ ਉਹਨਾਂ ਦੀ ਤਬੀਅਤ ਲਗਾਤਾਰ ਵਿਗੜ ਰਹੀ ਸੀ ਉਹਨਾਂ ਦੇ ਸੰਘਰਸ਼ ਨੂੰ ਜਿਹੜਾ ਬੂਰ ਹੈ ਉਹ ਪਿਆ ਔਰ ਜਿਹੜਾ ਵਾਲਾਂ ਤੋਂ ਪੜ੍ਹ ਕੇ ਭੈਣਾਂ ਨੂੰ ਔਰ ਸਾਡੇ ਪੁਰਸ਼ ਅਧਿਆਪਕ ਸਾਥੀ ਨੇ ਉਹਨਾਂ ਨੇ ਲਾਠੀਚਾਰਜ ਕੀਤਾ ਸੀ ਫੈਕਚਰ ਹੋ ਰਹੇ ਸੀ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਉਹਨਾਂ ਦੀਆਂ ਮੰਗਾਂ ਨੂੰ ਜਿਹੜਾ ਬੂਰ ਪਿਆ ਉਸ ਦੇ ਲਈ ਜਿਹੜਾ ਅਸੀਂ ਧੰਨਵਾਦ ਹੈ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮੀਡੀਅਮ ਦੇ ਮਾਧਿਅਮ ਰਾਹੀਂ ਜਿਹੜਾ ਕਰਦੇ ਹਾਂ ਕਿ ਉਹਨਾਂ ਨੇ ਸੰਘਰਸ਼ ਨੂੰ ਦੇਖਦੇ ਜਿਹੜਾ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਔਰ ਜਿੱਥੋਂ ਤੱਕ ਬਾਕੀ ਜਿਹੜੀਆਂ 3 ਮੰਗਾਂ ਸਾਡੀਆਂ ਮੰਗ ਪੱਤਰੇ ਸੀਗੀਆਂ ਜਿਹੜੀਆਂ ਰਹਿ ਗਈਆਂ ਨੇ ਉਹ ਸਿਵਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਕਿ ਉਹਨਾਂ ਮੰਗਾਂ ਨੂੰ ਵੀ ਜਿਹੜਾ ਜਲਦੀ ਹੈ ਉਹ ਪੂਰਾ ਕੀਤਾ ਜਾਵੇ ਜਿਹਦੇ ਵਿੱਚ ਓਵਰੇਜ ਜਿਹੜੇ ਸਾਥੀ ਸਾਡੇ ਹੋ ਰਹੇ ਨੇ ਕਿਉਂਕਿ 2016 ਦੇ ਵਿੱਚ ਐਲੀਜੀਬਲ ਸੀ 2017 ਵਿੱਚ ਵੀ ਐਲੀਜੀਬਲ ਸੀ ਲੇਕਿਨ ਉਦੋਂ ਬਾਅਦ ਜਿਹੜੇ ਸਾਥੀ ਓਵਰੇਜ ਹੋ ਰਹੇ ਉਹਨਾਂ ਨੂੰ ਵਨ ਟਾਈਮ ਜਿਹੜਾ ਮੌਕਾ ਉਹ ਦਿੱਤਾ ਜਾਵੇ ਉਹਦੇ ਲਈ ਜਿਹੜੀ ਸਿਵਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੈ ਜਿਹੜੀ ਹੋਈ ਹੈ ਲੇਕਿਨ ਗੱਲ ਕਰੀਏ ਕਈ ਵਾਰ ਆਪਾਂ ਲਾਠੀਆਂ ਖਾਧੀਆਂ ਨੇ ਹਜੇ ਵੀ 3 ਮੰਗਾਂ ਬਾਕੀ ਨੇ ਪੋਸਟਾਂ ਤਾਂ ਕੱਢ ਦਿੱਤੀਆਂ ਗਈਆਂ ਲੱਗਦਾ ਕਿ ਸਰਕਾਰ ਹੈ ਜੋ ਧਿਆਨ ਦੇ ਰਹੀ ਹੈ ਅਧਿਆਪਕਾਂ ਵੱਲ ਦੇਖੋ ਸਰਕਾਰ ਦੇਖੋ ਸਕੂਲ ਹੈ ਸਮਾਰਟ ਸਕੂਲ ਬਣਾ ਦਿੱਤੇ ਨੇ ਅਤੇ ਸਮਾਰਟ ਸਕੂਲਾਂ ਵਿੱਚ ਪੜ੍ਹਾਉਣਗੇ ਤਾਂ ਕਿਤੇ ਨਾ ਕਿਤੇ ਅਧਿਆਪਕ ਹੀ ਨਾ ਸੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਦੇਖਿਆ ਇਸ ਗੱਲ ਨੂੰ ਕਿ ਇਹ ਜਿਹੜੇ ਬੇਰੁਜ਼ਗਾਰ ਪੰਜਾਬ ਦੇ ਵਿੱਚ ਫਿਰਦੇ ਨੇ ਵੱਡੇ ਪੱਧਰ 'ਤੇ ਜਿਹੜੇ ਨੌਜਵਾਨੀ ਪੰਜਾਬ ਛੱਡ ਕੇ ਭੱਜ ਰਹੀ ਇਹਨਾਂ ਨੂੰ ਰੁਜ਼ਗਾਰ ਦੇ ਕੇ ਜਿਹੜਾ ਇੱਥੇ ਰੋਕਿਆ ਜਾਵੇ ਔਰ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਵਧੀਆ ਫੈਸਲਾ ਲਿਆ ਜਿਹਦਾ ਅਸੀਂ ETT ਟੈਟ ਪਾਸ ਯੂਨੀਅਨ ਵੱਲੋਂ ਜਿਹੜਾ ਸਵਾਗਤ ਹੈ ਉਹ ਕਰਦੇ ਹਾਂ ਅਤੇ ਥੈਂਕਸ ਹੈ ਜਿਹੜਾ ਉਹ ਕਰਦੇ ਹਾਂ ਲੱਗਦਾ ਨਹੀਂ ਕਿ ਸਮਾਂ ਕਾਫੀ ਹੋ ਚੁੱਕਿਆ ਸੀਗਾ ਕਾਫੀ ਸਮੇਂ ਬਾਅਦ ਜੋ ਇਹ ਪੋਸਟਾਂ ਕੱਢੀਆਂ ਗਈਆਂ ਨੇ ਪਹਿਲਾਂ ਵੀ ਕੱਢ ਦੇਣੀਆਂ ਚਾਹੀਦੀਆਂ ਸੀ ਕਈ ਵਾਰ ਲਾਠੀ ਚਾਰਜ ਹੋਣ ਤੋਂ ਬਾਅਦ ਇਹ ਪੋਸਟਾਂ ਆਈਆਂ ਨੇ ਦੇਖੋ ਇਸ ਚੀਜ਼ ਵੱਲ ਜਿਹੜਾ ਧਿਆਨ ਹੈ ਉਹ ਮੰਨਦੇ ਹਾਂ ਜਿਹੜਾ ਦੇਣਾ ਚਾਹੀਦਾ ਸੀ ਲੇਕਿਨ ਹਾਂ ਦੇਰ ਆਵੇ ਦਰੁਸਤ ਆਵੇ ਚਲੋ ਪੰਜਾਬ ਸਰਕਾਰ ਨੇ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਉਹ ਬੇਰੁਜ਼ਗਾਰਾਂ ਦੀ ਜਿਹੜੀ ਆ ਉਹ ਸੁਣੀ ਹੈ ਜੀ ਬਿਲਕੁਲ ਲਗਾਤਾਰ ਜੋ 70 ਦਿਨਾਂ ਹਰਜੀਤ ਸਿੰਘ ਮਾਨਸਾ ਵੀ ਡਟੇ ਹੋਏ ਸੀਗੇ ਉਹ ਵੀ ਨੀਚੇ ਆਏ ਸੀਗੇ ਲੇਕਿਨ ਅੱਜ 136 ਦਿਨਾਂ ਬਾਅਦ ਸੁਰਿੰਦਰਪਾਲ ਗੁਰਦਾਸਪੁਰ ਨੂੰ ਵੀ ਥੱਲੇ ਉਤਾਰਿਆ ਜਾ ਰਿਹਾ ਅਤੇ ਸਾਡੇ ਨਾਲ ਕੁਝ ਮਹਿਲਾ ਆਗੂ ਵੀ ਮੌਜੂਦ ਨੇ ਕੀ ਨਾਮ ਹੈ ਅਤੇ ਕਿਹੜੇ ਪਿੰਡੋਂ ਆਏ ਸੋਨੀਆ ਜੀ ਮੈਂ ਨਾਭੇ ਤੋਂ ਅਤੇ ਕੀ ਸਮਝਦੇ ਹੋ ਅੱਜ 136 ਦਿਨਾਂ ਬਾਅਦ ਜੋ ਸੁਰਿੰਦਰਪਾਲ ਗੁਰਦਾਸਪੁਰ ਥੱਲੇ ਆ ਰਿਹਾ ਅਤੇ ਤੁਹਾਡੀ ਪੋਸਟਾਂ ਵੀ ਨਿਕਲ ਚੁੱਕੀਆਂ ਨੇ ਹੁਣ ਕਈ ਮੰਗਾਂ ਨੇ ਜੋ ਅਜੇ ਬਾਕੀ ਨੇ ਸਰ ਅਸੀਂ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਜਿਹੜਾ ਸਾਡਾ ਸੰਘਰਸ਼ ਸੀ ਉਹ 5 ਸਾਲਾਂ ਤੋਂ ਚੱਲ ਰਿਹਾ ਸੀ ਅੱਜ 136 ਦਿਨ ਹੋ ਗਏ ਨੇ ਸੁਰਿੰਦਰ ਵੀਰ ਜਿਹੜੇ ਕਿ ਐਜੂਕੇਸ਼ਨ ਭਗਤ ਸਿੰਘ ਦੇ ਨਾਮ ਨਾਲ ਹੁਣ ਜਾਣੇ ਜਾਣਗੇ ਇਤਿਹਾਸ ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਜੋ ਹੁੰਦੇ ਸੰਘਰਸ਼ ਹੋਏ ਨੇ ਸਭ ਤੋਂ ਅੱਗੇ ਉਹਨਾਂ ਦਾ ਨਾਮ ਹੁਣ ਜਾਣਿਆ ਜਾਊਗਾ ਕਿਉਂਕਿ ਹੁਣ 136 ਦਿਨਾਂ ਬਾਅਦ ਅੱਜ ਉਹਨਾਂ ਦੇ ਕਰਕੇ ਹੀ 7000 ਘਰਾਂ ਦੇ ਚੁੱਲ੍ਹਿਆਂ ਦੀ ਜਿਹੜੀ ਅੱਗ ਚਲੂਗੀ ਅਤੇ ਅਸੀਂ ਉਹ ਸੁਰਿੰਦਰ ਵੀਰੇ ਦਾ ਦੇਣ ਅਸੀਂ ਸਾਰੀ ਉਮਰ ਹੀ ਨਹੀਂ ਦੇ ਸਕਦੇ ਹੈਗੇ
जिन्हों असी एक भगवान का रब का दर्जा दें क्योंकि वह एडा क डिसिपलिन बंदा उसने 136 दिनों के अपने जो बयान से उन्होंने अटल रहा क्योंकि उन्होंने इंसान पता से कि जो सा लड़ाई आ हक सच की लड़ाई आ असी हक सच लिए लड़ रहे हैं असी किसी का हक नहीं खो रहे हैं असी जित प्राप्त भी की असी सरकार का भी धन्यवाद करते हैं कि चलो उन्होंने साढ़े 136 दिनों बाद उन्होंने पता से कि हाँ ये हक सच की लड़ाई लड़ रहे हैं तो सुरिंदर वीर आ जो करके असी जितते हैं ये सब जो देना सुरिंदर वीरे करके ही आ असी बयान नहीं कर सकते है असी छोटे बस साडा हुद्दा एक छोटा जिहा भी असी नहीं दस सकते भी असी की साडे मूँह च वर्ड नहीं निकल रहे है वो उन्हां दी प्रशंसा दे लई ते असी बस बहुत धन्यवाद कर रहे हैं सुरिंदर वीर का कि बाकी ने उमर छोड़ दे विच हद इस तो अलावा भी दो मंगा बाकी ने लगता नहीं कि उस वाल भी ध्यान देना चाहिए क्योंकि ओवर एज हो चुके हैं कई अध्यापक। हाँ जी सर वो जी गलबात सरकार ने चल रही है तो उम्मीद है कि सरकार वो भी सुनूगी जो सुरिंदर वीर ने एडिया वड्डिया जित्त प्राप्त कीतिया ने तो वह जित भी साडी प्राप्त होगी जी बिल्कुल तुसीं देख सकते हो कि सुरिंदर भाग गुरदासपुर उतारन दे लई अध्यापक जो है उपर जाना शुरू हो चुके हैं तो जयकारे ने जो शुरू हो चुके हैं इत्थे बोले सोने हार दे जिहड़े जयकारे ने उरे शुरू हो चुके हैं देख रहे हो तुसीं लगातार ही सुरिंदरपाल गुरदासपुर नूं थले उतारन दी जिहड़ी तैयारियां ने मुकम्मल हो चुकिया ने ते नीचे उतारन दे लई जिहड़े अध्यापक ने वो उपर चढ़ चुके हैं ते लगातार 136 दिनों तो 200 फुट उच्चे टावर ते बैठा सी संघर्ष कर रहा सुरिंदरपाल गुरदासपुर ते लगातार जो साडे नाल सूबा आगू भी मौजूद ने दीपक कंबोज अज 136 दिन हो चुके हैं सुरिंदरपाल गुरदासपुर नूं संघर्ष करदे हुए अज 136 दिनों बाद नीचे उतारा जा रहा है जी जी 135-136 दिन हो चले ने साडा सुरिंदरपाल साथी टावर के उपर डटे हुए अज 635 पोस्ट एक सुरिंदरपाल दे ते हरजीत दे जो उन्होंने अपने शरीर के उपर दुख हंडाया अपनी हकी मंगा दे लई लड़े और 635 जिहड़ी पोस्ट है वो सरकार नूं जिहड़ी देण लई मजबूर करवाया तो अज उन्हां दी जिहड़ी जित प्राप्त जिहड़ी हुई है सो साडी ये नोटिफिकेशन जिहड़ा जारी किया गया उहदे विच साडीआं दो तीन मंगां जिहड़ियां हजे भी सरकार ने जिहड़ियां वो मन्नियां नहीं गईआं असीं सरकार कोले मांग करदे आ कि साडे ओवरेज जिहड़े साथी हैगे आ उहनां नूं भी ये नवी भर्ती दे विच जिहड़ा मौका जिहड़ा जरूर दिता जाए तां जो वह भी आपदे घर दा रुजगार जिहड़ा गुजारा जिहड़ा सही तरीके नाल चला सके। कुछ मंगा बाकी ने जिस तरह उमर छोट विच हद इस तो अलावा भी दो मंगा बाकी ने उसके बाद सरकार कोई ध्यान दे रही है जां कोई गलबात कर रही है अध्यापकां दे नाल? देखो जी थोड़े एक दो घंटे पहला साडी प्रशासन दे नाल पटियाला प्रशासन नाल जिंदे जो डीसी साहब ते एसएसपी साहब है और एसएसपी साहब शामिल सन उस मीटिंग दे विच सो साडी मीटिंग जिहड़ी है एजुकेशन मिनिस्टर दे नाल एक प्रशासन दे वल्लों जिहड़ा उह वादा कीता गया कि सुरिंदरपाल साथी जदों नीचे लैके आओगे तो तुहाडी सिक्ख्या मंत्री साहब नाल जिहड़ी है वह मीटिंग कराई जाऊगी तो असी आपदी मंग जिहड़ी है वह मंत्री साहब अगे दोबारा फिर रखांगे कि साडा हल जिहड़ा है ओवरेज वाले दा वह जरूर किया जाए तो जो उन्हां नूं रुजगार जिहड़ा उह मिल सके। लगता नहीं कि समा काफ़ी हो चुका सीगा 4.5 साल बीतण तों बाद ही नौकरियां दी पोस्टां कढ़ियां गईआं ने संघर्ष कीता आपां 4.5 साल लाठियां भी खाधियां सरकार दीआं बिल्कुल जी ये चाहे पिछे अकाली सरकार सी चाहे वह कांग्रेस सरकार सी हमेशा वास्ते इहो ही हुंदा आया है कि 4 साल कुटिया एंड दे विच रुजगार दिता इस गल तो असी अणजाण नहीं गए अज रुजगार दिता है एक संघर्ष की बदौलत जिहड़ा है ये 635 पोस्टां जिहड़ियां वह आईआं ने ना कि सरकार ये देना चाहुंदी सीगी 364 पोस्ट जिहड़ी है वह भी संघर्ष के दौरान आई है और जिहड़ी 635 पोस्ट आई वह भी संघर्ष करन दे नाल आई है सो इत्थे दस दईए कि सरकार जिहड़ी है वह आपदी राजनीति जिहड़ी है उसनू याद रखने लिए कांग्रेस सरकार ने जिवें हुण 4.5 साल बाद पोस्टां दित्तियां ने कि जिन्हां नाल वादे किए आ बेरोजगारां दे नाल उन्हां नू रुजगार याद रहन वो वादे कि नौकरी दित्ती है कि सानू वोटां जिहड़ियां वो पाउणगे सो इत्थे असीं दस दईए कि प्रोटेस्ट करन दे दौरान सानू जिहड़ियां वो मीटिंगां मिलियां ने स्कूलों के पोस्टां खाली सन सो फिर भी असी उस सरकार का जिहड़ा ते सीएम साहब का ते एजुकेशन मिनिस्टर का धन्नवाद करदे आ कि अखीर नू आण के 4.5 साल बाद साडी जिहड़ी है वो गल उन्होंने सुनी है इन्ना प्रोटेस्ट करन दे बावजूद बाकी तीन मंगा रहिंदियां ने जेकर वो ना मन्निया संघर्ष करोगे? बिल्कुल जी साडियां तीन मंगा असी सरकार नू अगे बेनती पहले गल तां करना चाहुंदे आ कि जिहड़ियां साडियां तीन मंगा हैगियां ने उहनां नू जिहड़ा उह सिरे लाया जाए जेकर उहनां मंगा नू प्रवान नहीं करदी तां अज दा तन्ना तां असीं इत्थे समाप्त कर लिया परंतु सरकार सानू दोबारा फिर वह मंगा मनवाने लई पटियाले दे विच दोबारा फिर आने लई मजबूर ना करे असी सिक्ख्या मंत्री अगे बेनती करना चाहुंदे आ अपील करना चाहुंदे आ कि साडियां मंगा जिहड़ियां तीन हैगियां ने जिंदे विच खास करके उमर एज जिहड़े साडे साथी हो चुके ने वो सानू जिहड़ी आ छोट जिहड़ी है 635 पोस्ट दे विच जिहड़ी है उहदी छोट जिहड़ी है जरूर दित्ती जाए तां जो वह भी रुजगार ते जिहड़ा आ सकन। अज किन्नियां पोस्टां जित्त प्राप्त होई है?
635 जी है पोस्ट की जी सू जित प्राप्त हुई है तो साढ़े साथी तो जोड़े वो बेरोज़गार है होर भी बहुत ज़्यादा है परंतु समय समय सिर जेकर सानू लोड़ पई पोस्टां दी होर प्रोटेस्ट करांगे मीटिंगां भी करांगे सरकार को होर पोस्ट लैण दी जिहड़ी असीं मंग भी करांगे ते करदे रहांगे। आखिरकार 635 पोस्टां तों बाद सुरिंदरपाल गुरदासपुर नूं जिहड़ा 136 दिनां दे बाद नीचे उतारिया गया है ते तस्वीरां ने जो देख सकदे हो कि हालत है जो काफ़ी खराब जिहड़ी देखण नूं मिल रही है ते काफ़ी जो स्किन है वह भी खराब हुंदी नज़र आ रही है ते 136 दिनों तो बाद जिहड़ा कि नीचे उतरिया है सुरिंदरपाल गुरदासपुर जिस दीआं इह तस्वीरां ने कि अज्ज मेडिकल टेस्ट करवाया जाएगा पहला इन्हों का लगातार ही तस्वीर देख रहे हो कि बैल्ट रस्सी दे नाल नीचे उतारे गए 200 फुट उच्चे टावर तो जिस दियां ये तस्वीर ने सुरिंदरपाल गुरदासपुर दियां कि अज 136 दिनों तो बाद जिहड़ा कि वड्डे संघर्ष विढ़न तो बाद अज नीचे उतारिया गया है एक काफ़ी वड्डा संघर्ष जो सुरिंदरपाल गुरदासपुर की तरफ तो 200 फुट उच्चे टावर पर बैठ के किया गया है तो इसी संघर्ष के दौरान कई बार अध्यापकों की तरफ तो कैप्टन के महल का घिराव किया गया सी ते कई बार लाठीचार्ज भी होया सी ते अज वड्डे संघर्ष तो बाद जिहड़ा कि सुरिंदरपाल गुरदासपुर नीचे उतारिया गया है। हरदयाल कंबोज जी वालों जरा पानी पिलाया जा रहा है सुरिंदरपाल नीचे उतार के तस्वीर देख रहे कि MLA जो राजपुरा ने पहुंचे ने अज पहुंचे ने क्योंकि उन्होंने वालों दर्शन जो समाप्त किया गया पर वड्डे सवाल सरकार से भी खड़े होंगे ने ਪੂਜਨ ਭਾਜੀ ਥੋੜਾ ਥੱਲੇ ਪਲੀਜ਼ ਵੀਰੇ ਹਾਂਜੀ 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 ਜੀ ਸਟਾਰਟ ਕਰੋ एक वड्डी भर्ती नूं लै के टेस्ट शुरू किया गया बेशक मजबूरियां हो सकदियां ने करते हैं कि देर ही सही पर उन्होंने साड़ी गल नूं गौर नाल विचारिया और साड़ियां मंगां दा लगभग पुख्ता हल किया बेशक उन्हां विचों एक दो मंग जिहड़ी आ उह साड़ी अजे भी अधूरी है सब तो वड्डी मंग है उम्र हद विच छोट क्योंकि उम्र हद विच छोट ना मिलन कारण साढ़े काफ़ी सारे जो अध्यापक साथी ने वो इस भर्ती चो बाहर हो रहे हैं सो मैं पंजाब सरकार तो और विजेंद्र सिंगला जी तो ये अपील करदा ये बेनती करदा कि साड़ी ये भी जो मंग है प्रवान की जाए धन्यवाद। इन्नी गर्मी टेट पास जिहड़ी जथेबंदी है इहदे एक जिहड़े साडे टीचर भाई ने सुरिंदरपाल 135 दिनां दे लीला भवन दे कोले जिहड़ा BSNL टावर सी उत्थे चढ़े होए सी ते अज मानयोग SSP साहब दे दिशा निर्देशां हेठ इहनां दी जथेबंदी नाल जदों टाई अप कीता इहनां दा कोई नोटिफिकेशन आया एक अद्धे दो दिनां पहलां
ਅਤੇ ਉਹਦੇ ਬਾਅਦ ਇਹਨਾਂ ਨੂੰ ਪ੍ਰੋਪਰ ਸੇਫਟੀ ਮੈਜ਼ਰ ਇਨਸ਼ੋਰ ਕਰਦੇ ਹੋਏ ਜਿਹੜੀ ਇੱਕ ਹਾਈ ਸਟਰੈਂਥ ਵਾਲੀ ਰੱਸੀ ਹੁੰਦੀ ਆ ਉਹ ਪ੍ਰੋਵਾਈਡ ਕਰਾਈ ਅਤੇ ਜਿਹੜੇ ਹਾਰਨੈਸਿਸ ਹੁੰਦੇ ਆ ਥੱਲੇ ਉਤਾਰਨ ਲਈ ਉਹ ਪ੍ਰੋਵਾਈਡ ਕਰਾਏ ਗਏ। ਉਹਦੇ ਬਾਅਦ ਇਹਨਾਂ ਨੂੰ ਸੇਫਲੀ ਥੱਲੇ 135 ਦਿਨਾਂ ਤੋਂ ਬਾਅਦ ਉਤਾਰ ਲਿਆ ਗਿਆ ਆ। ਅਸੀਂ ਪਹਿਲਾਂ ਹੀ ਇੱਥੇ ਕੋਆਰਡੀਨੇਟ ਕਰਕੇ ਡਾਕਟਰਾਂ ਦੀ ਟੀਮ ਬੁਲਾਈ ਹੋਈ ਸੀ, ਉਹਨਾਂ ਨੇ ਇਹਨਾਂ ਦੇ ਵਾਈਟਲਸ ਇਮੀਡੀਏਟਲੀ ਚੈੱਕ ਕੀਤੇ, BP ਐਂਡ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਨੋਰਮਲ ਸੀਗੇ। ਹੁਣ ਇਮੀਡੀਏਟਲੀ ਇੱਕ ਇਹਨਾਂ ਨੂੰ ਰਜਿੰਦਰਾ ਹੋਸਪਿਟਲ ਅਸੀਂ ਸ਼ਿਫਟ ਕੀਤਾ ਹੈ ਤਾਂ ਕਿ ਅੱਗੇ ਜਿਹੜੀ ਪ੍ਰੋਪਰ ਇਹਨਾਂ ਦਾ ਡਾਕਟਰੀ ਚੈੱਕਅਪ ਹੋ ਸਕੇ ਅਤੇ ਇਹਨਾਂ ਦੀ ਸਿਹਤ ਦੇ ਬਾਰੇ ਜਿਹੜੀ ਪ੍ਰੋਪਰ ਉਹਦੀ ਡਾਕਟਰਾਂ ਦੀ ਗਾਈਡੈਂਸ ਹੇਠ ਇਹਨਾਂ ਦਾ ਚੈੱਕਅਪ ਹੋ ਸਕੇ। ਆਖਿਰਕਾਰ ਟਾਵਰ ਤੋਂ ਨੀਚੇ ਉਤਾਰ ਕੇ ਸੁਰਿੰਦਰਪਾਲ ਗੁਰਦਾਸਪੁਰ ਨੂੰ ਮੈਡੀਕਲ ਚੈੱਕਅਪ ਦੇ ਲਈ ਹਸਪਤਾਲ ਲਿਜਾਇਆ ਜਾ ਰਿਹਾ। ਦੇਖ ਲਓ ਤਸਵੀਰਾਂ ਲਾਈਵ ਭਾਰ 'ਤੇ ਕਿ ਕਿਸ ਤਰ੍ਹਾਂ ਜੋ ਭਾਰੀ ਪੁਲਿਸ ਬਲ ਵੀ ਇੱਥੇ ਮੌਕੇ 'ਤੇ ਤੈਨਾਤ ਹੈ ਅਤੇ ਸੁਰਿੰਦਰਪਾਲ ਗੁਰਦਾਸਪੁਰ ਨੂੰ ਹੁਣ ਮੈਡੀਕਲ ਚੈੱਕਅਪ ਦੇ ਲਈ ਲਿਜਾਇਆ ਗਿਆ ਅਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਵੀ ਇੱਥੇ ਪਹੁੰਚੇ ਸਨ ਤਾਂ ਸੁਰਿੰਦਰਪਾਲ ਗੁਰਦਾਸਪੁਰ ਨੂੰ ਪਾਣੀ ਪਿਲਾਇਆ ਗਿਆ ਉਹਨਾਂ ਦੇ ਵੱਲੋਂ। ਲੇਕਿਨ ਜਿੰਨਾ ਚਿਰ ਸੰਘਰਸ਼ ਚੱਲਿਆ ਉਨਾ ਚਿਰ ਜੋ ਕੋਈ ਵੀ ਵਿਧਾਇਕ ਜਿਹੜਾ ਕਿ ਹਾਲ ਚਾਲ ਪੁੱਛਣ ਦੇ ਲਈ ਨਹੀਂ ਪਹੁੰਚਿਆ, ਲੇਕਿਨ ਅੱਜ ਜੋ ਹਰਦਿਆਲ ਕੰਬੋਜ ਕਾਂਗਰਸੀ ਵਿਧਾਇਕ ਇੱਥੇ ਦੇਖਣ ਨੂੰ ਮਿਲੇ ਅਤੇ ਅਧਿਆਪਕ ਨੂੰ ਜਿਹੜਾ ਕਿ ਨੀਚੇ ਉਤਾਰ ਕੇ ਹੁਣ ਸੁਰਿੰਦਰਪਾਲ ਗੁਰਦਾਸਪੁਰ ਨੂੰ ਮੈਡੀਕਲ ਚੈੱਕਅਪ ਦੇ ਲਈ ਲਿਜਾਇਆ ਗਿਆ। ਉਹਨਾਂ ਦੀ ਹਾਲਤ ਹੈ ਜੋ ਉਹ ਕਾਫੀ ਖਰਾਬ ਦੱਸੀ ਜਾ ਰਹੀ ਹੈ। ਦੇਖਣਾ ਹੋਵੇਗਾ ਕੀ ਕੁਝ ਰਣਨੀਤੀ ਹੁਣ ਅਧਿਆਪਕਾਂ ਦੀ ਰਹਿੰਦੀ, ਕਿਉਂਕਿ ਹਜੇ ਵੀ 3 ਮੰਗਾਂ ਜਿਹੜੀਆਂ ਬਾਕੀ ਨੇ। ਕੈਮਰਾ ਪਰਸਨ ਵਿਕਾਸ ਕੁਮਾਰ ਦੇ ਨਾਲ ਕਵਲਜੀਤ ਕੰਬੋਜ ਲਾਈਵ ਭਾਰਤ ਪਟਿਆਲਾ। ਮੈਡੀਕੋਮ ਆਯੁਰਵੈਦਿਕ ਸੈਂਟਰ, ਯਹਾਂ ਪਰ ਆਪਕੋ ਮਿਲੇਗਾ ਆਪਣੀ ਹਰ ਮੁਸ਼ਕਿਲ ਕਾ ਹੱਲ, ਜੈਸੇ ਕਿ ਮਰਦਾਨਾ ਕਮਜ਼ੋਰੀ, ਔਰਤੋਂ ਔਰ ਮਰਦੋਂ ਕੇ ਗੁਪਤ ਰੋਗ, ਬੇਔਲਾਦ, ਫਾਲਤੂ ਚਰਬੀ ਔਰ ਬੜਾ ਹੁਆ ਪੇਟ ਘਟਾਏ, ਬਵਾਸੀਰ, ਯਹਾਂ ਪਰ ਮਿਲੇਗੀ ਹਰ ਪ੍ਰਕਾਰ ਕੀ ਆਯੁਰਵੈਦਿਕ ਦਵਾਈਆਂ। ਮੈਡੀਕੋਮ ਆਯੁਰਵੈਦਿਕ ਸੈਂਟਰ, ਦੀਪ ਕੰਪਲੈਕਸ, ਆਪੋਜ਼ਿਟ ਦੁਆਬਾ ਆਟੋ, ਕਚਹਿਰੀ ਰੋਡ, ਅੰਮ੍ਰਿਤਸਰ। ਰੋਜ਼ਾਨਾ ਮਿਲੇ ਸੁਬਹੇ 11 ਸੇ ਸ਼ਾਮ 6 ਵਜੇ ਤੱਕ। ਫੋਨ ਨੰਬਰ 9592242673।